ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਾ ਹੈ ਜੀ ਜਿਸ ਦੇ ਵਿੱਚ ਪਟਵਾਰੀ ਡਿਪਾਰਟਮੈਂਟ ਵੱਲੋਂ ਰਿਕਰੂਟਮੈਂਟ ਜਿਹੜੀ ਹੈ ਜੋ ਆਊਟ ਕੀਤੀ ਗਈ ਹੈ ਜਿਸ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਅਲੱਗ-ਅਲੱਗ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਅਪਲਾਈ ਕਰਨਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਇਸ ਵੀਡੀਓ ਤੇ ਮੈਂ ਦਵਾਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਦੇਖੋ ਵੈਕੈਂਸੀਜ਼ ਦੀ ਗੱਲ ਕਰਾਂ ਹੁਣ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਸਾਰੇ ਅਪਡੇਟ ਲੈਣ ਦੇ ਲਈ meetacademy.xyz ਸਾਡੀ ਵੈਬਸਾਈਟ ਹੈ ਜਿਹੜੀ ਤੁਸੀਂ Google ਤੇ ਜਾ ਕੇ ਅਗਰ ਸਰਚ ਕਰੋਗੇ ਤਾਂ ਫਸਟ ਨੰਬਰ ਤੇ ਤੁਹਾਨੂੰ ਮਿਲ ਜਾਈਗੀ ਉੱਥੋਂ ਤੁਸੀਂ ਸਾਰੇ ਜੌਬ ਲੈਟਰ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਬਾਕੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਇਸ ਦੇ ਵਿੱਚ ਕਿਹੜੀ ਕਿਹੜੀ ਵੈਕੈਂਸੀਸ ਆਊਟ ਹੋਈਆਂ ਉਹਦੇ ਬਾਰੇ ਵਿੱਚ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਉਹਦਾ ਕੈਂਡੀਡੇਟ ਜਿਹੜੇ ਜਿਹੜੇ ਐਲੀਜੀਬਿਲਿਟੀ ਕਰਾਈਟਰੀਆ ਨੂੰ ਫੁੱਲਫਿਲ ਕਰ ਦਿੰਦੇ ਨੇ 올 ਇੰਡੀਆ ਤੋਂ ਇਹਦੇ ਲਈ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਹਦੇ ਲਈ ਜਿਹੜਾ ਜੀ ਨੋਟੀਫਿਕੇਸ਼ਨ ਆਲਰੇਡੀ ਰੀਲੀਜ਼ ਹੋ ਚੁੱਕਾ ਹੈ 13 ਅਪ੍ਰੈਲ ਤੋਂ ਅਪਲਾਈ ਕਰਨਾ ਸਟਾਰਟ ਹੋ ਜਾਵੇਗਾ 12 ਮਈ 2023 ਦੀ ਲਾਸਟ ਡੇਟ ਰਹਿਣ ਵਾਲੀ ਹੈ ਇਸ ਦੇ ਵਿੱਚ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੈਕੈਂਸੀਸ ਜਿਹੜੀਆਂ ਨੇ ਉਹ ਅਲੱਗ-ਅਲੱਗ ਨੇ ਸੋ ਤੁਸੀਂ ਇਸਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਆਊਟ ਕੀਤੀ ਗਈ ਹੈ ਜੀ ਉਹ ਹੈਗੀ ਹੈ ਸਪੈਸ਼ਲ ਸਰਵੇ ਕਲਰਕ ਦੀ ਉਸ ਤੋਂ ਬਾਅਦ ਸਪੈਸ਼ਲ ਸਰਵੇ ਕਾਨੂੰਗੂ ਦੀ ਪੋਸਟ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਜਿਹੜੀ ਹੈ ਸਪੈਸ਼ਲ ਸਰਵੇ ਅਸਿਸਟੈਂਟ ਸੈਟਲਮੈਂਟ ਆਫੀਸਰ ਦੀ ਹੈ ਉਸ ਤੋਂ ਬਾਅਦ ਸਪੈਸ਼ਲ ਸਰਵੇ ਐਡਮਿਨ ਦੀ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਸੋ ਇਹ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਨੰਬਰ ਆਫ ਕਾਊਂਟ ਜਿਹੜਾ ਆਊਟ ਕੀਤਾ ਗਿਆ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਇਸ ਦੇ ਵਿੱਚ ਐਲੀਜੀਬਿਲਿਟੀ ਦੀ ਗੱਲ ਕਰਾਂ ਤਾਂ 10th 12th ਤੇ ਡਿਪਲੋਮਾ ਜਿਹਨਾਂ ਨੇ ਕੀਤਾ ਹੋਇਆ ਜਾਂ ਡਿਗਰੀ ਕੀਤੀ ਹੋਈ ਰੈਲੇਵੈਂਟ ਡਿਸਪਲਿਨ ਦੇ ਵਿੱਚ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਏਜ ਲਿਮਟ ਦੀ ਗੱਲ ਕਰਾਂ 18 ਤੋਂ ਲੈ ਕੇ 31 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪਲੱਸ ਇਸ ਦੇ ਵਿੱਚ ਏਜ ਰੈਲੈਕਸੇਸ਼ਨ ਵੀ ਦਿੱਤੀ ਜਾਏਗੀ ਜਿਹੜੇ ਕੈਂਡੀਡੇਟ ਜਿਹੜੇ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਰੈਲੈਕਸੇਸ਼ਨ ਇਸ ਦੇ ਵਿੱਚ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਜਿਹੜੇ ਜੀ ਉਹ ਕੀ ਰਹਿਣ ਵਾਲਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਕ ਜਿਹੜੇ ਜੀ ਸੀਬੀਟੀ ਐਗਜ਼ਾਮ ਹੋਏਗਾ ਕੰਪਿਊਟਰ ਬੇਸਡ ਆਨਲਾਈਨ ਇਸ ਦੇ ਵਿੱਚ ਤੁਹਾਡਾ ਐਗਜ਼ਾਮ ਲੈਂਗੁਏਜ ਜਿਹੜੀ ਹੋਏਗੀ ਇੰਗਲਿਸ਼ ਅਤੇ ਹਿੰਦੀ ਲੈਂਗੁਏਜ ਦੇ ਵਿੱਚ ਜਿਹੜੀ ਹੈ ਜੀ ਤੁਹਾਡੀ ਰਹਿਣ ਵਾਲੀ ਹੈ ਇਸ ਦੇ ਵਿੱਚ 1/4 ਨੈਗੇਟਿਵ ਮਾਰਕਿੰਗ ਜਿਹੜੀ ਹੈ ਜੀ ਉਹ ਵੀ ਇਸ ਦੇ ਵਿੱਚ ਰਹੇਗੀ ਤੇ ਤੁਸੀਂ ਅਪਲੀਕੇਸ਼ਨ ਦੇ ਨਾਲ ਦਿੱਤਾ ਹੋਇਆ ਤੁਸੀਂ ਉੱਥੋਂ ਚੈੱਕ ਕਰ ਲੈਣਾ ਇਸ ਦੇ ਵਿੱਚ ਜਨਰਲ ओबीसी ईडब्ल्यूएस ਕੈਂਡੀਡੇਟ ਨੂੰ ਇਸ ਦੇ ਵਿੱਚ ਜਿਹੜੇ ਨੇ 800 ਰੁਪਏ ਜਿਹੜੇ ਨੇ ਉਹ ਪੇ ਕਰਨੇ ਹੋਣਗੇ ਤੇ ਜਿਹੜੇ ਕੈਂਡੀਡੇਟ ਰਿਜ਼ਰਵ ਕੈਟੇਗਰੀ ਜਿੱਦਾਂ ਕਿ एससी एसटी ਐਕਸਰੀਸਮੈਨ ਨੇ ਤਾਂ ਇਹਦੇ ਵਿੱਚ 400 ਰੁਪਏ ਜਿਹੜੇ ਨੇ ਤੁਹਾਨੂੰ ਇਹਦੇ ਵਿੱਚ ਪੇ ਕਰਨੇ ਹੋਣਗੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ ਤੁਸੀਂ ਕਿੱਦਾਂ ਭਰਨਾ ਉਹ ਮੈਂ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਆਪਣੇ ਨੂੰ ਰਜਿਸਟਰ ਕਰੋਗੇ ਨੇ ਵੈਬਸਾਈਟ ਦੇ ਉੱਪਰ ਉਸ ਤੋਂ ਬਾਅਦ ਮੋਬਾਈਲ ਨੰਬਰ ਈਮੇਲ ਆਈਡੀ ਭਰ ਕੇ ਤੁਸੀਂ ਆਪਣ ਐਪਲੀਕੇਸ਼ਨ ਫਾਰਮ ਨੂੰ ਭਰੋਗੇ ਐਪਲੀਕੇਸ਼ਨ ਫੀ ਪੇ ਕਰੋਗੇ ਤੇ ਆਪਣੀ ਡੀਟੇਲ ਨੂੰ ਸਬਮਿਟ ਕਰਨ ਤੋਂ ਪਹਿਲਾਂ ਕਰਾਸ ਚੈੱਕ ਜ਼ਰੂਰ ਕਰ ਲੈਣਾ ਔਰ ਲਾਸਟ ਵਿੱਚ ਇੱਥੇ ਲਿੰਕ ਤੁਹਾਨੂੰ ਦਿੱਤਾ ਗਿਆ ਹੈ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਏਗਾ ਤੇ ਨੋਟੀਫਿਕੇਸ਼ਨ ਪੀਡੀਐਫ ਦਾ ਲਿੰਕ ਜਿਹੜਾ ਹੈ ਜੀ ਉਹ ਵੀ ਮੈਂ ਤੁਹਾਨੂੰ ਦੇ ਦਿੱਤਾ ਹੈ ਤੁਸੀਂ ਇਹਨੂੰ ਡਾਊਨਲੋਡ ਕਰਕੇ ਪੜ ਲੈਣਾ ਜੀ ਹੁਣ ਗੱਲ ਕਰਦੇ ਆ ਇਹ ਨੋਟੀਫਿਕੇਸ਼ਨ ਜਿਹੜਾ ਹੈ ਕਿਹਦੇ ਵੱਲੋਂ ਆਊਟ ਕੀਤਾ ਗਿਆ ਹੈ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਬਿਹਾਰ ਐਲ ਆਰ ਸੀ ਡਿਪਾਰਟਮੈਂਟ ਵੱਲੋਂ ਆਊਟ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਜਿਹੜੀਆਂ ਨੇ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਜਿਹ ਦਾ ਲੇਕਿਨ ਪੰਜਾਬ ਦੇ ਕੈਂਡੀਡੇਟ ਐਲੀਜੀਬਲ ਨੇ 올 ਇੰਡੀਆ ਦੇ ਕੈਂਡੀਡੇਟ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਮੈਂ ਇਸ ਕਰਕੇ ਤੁਹਾਡੀ ਨੋਟੀਫਿਕੇਸ਼ਨ ਲੈ ਕੇ ਆਇਆ ਤੁਸੀਂ ਇੱਕ ਵਾਰੀ ਨੋਟੀਫਿਕੇਸ਼ਨ ਨੂੰ ਜ਼ਰੂਰ ਪੜਨਾ ਔਰ ਇਹ ਨਾ ਇਹ ਨਾ ਸੋਚਣਾ ਔਰ ਇਹ ਕਮੈਂਟ ਨਾ ਕਰਨਾ ਕਿ ਬਿਹਾਰ ਤੋਂ ਆ ਸਾਰਾ ਸੀ ਇਹਦਾ ਕੀ ਕਰਾਂਗੇ ਤਾਂ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਅਪਲਾਈ ਕਰਦੇ ਨੇ ਔਰ ਉਹਨਾਂ ਦੀ ਸਿਲੈਕਸ਼ਨ ਹੁੰਦੀ ਵੀ ਹੈ ਔਰ ਮੈਂ ਇਵਨ ਮੇਰੇ ਫਰੈਂਡ ਸਰਕਲ ਦੇ ਵਿੱਚ ਕੈਂਡੀਡੇਟ ਹੈ ਜਿਨੇ ਯੂਪੀ ਪਟਵਾਰੀ ਦੇ ਲਈ ਭਰਤੀ ਭਰੀ ਸੀ ਔਰ ਉਹਦੀ ਸਿਲੈਕਸ਼ਨ ਵੀ ਹੋ ਚੁੱਕੀ ਹੈ ਜਿਸ ਦੇ ਵਿੱਚ ਉਹ ਦੀ ਜੁਆਇਨਿੰਗ ਵੀ ਹੋ ਚੁੱਕੀ ਹੈ ਔਰ ਉਹ ਇਸ ਟਾਈ ਮੈਂ ਤਾਂ ਸੋ ਤੁਸੀਂ ਇਹਦੇ ਲਈ ਨੋਟੀਫਿਕੇਸ਼ਨ ਲਿੰਕ ਡਿਸਕ੍ਰਿਪਸ਼ਨ ਵਿੱਚ ਚੈੱਕ ਕਰਕੇ ਅਪਲਾਈ ਕਰ ਲੈਣਾ ਬਾਕੀ ਕੋਈ ਡਾਊਟ ਹੋਏਗਾ ਤਾਂ ਕਮੈਂਟ ਬਾਕਸ ਕਮੈਂਡ ਕਰਕੇ ਪੁੱਛ ਸਕਦੇ ਹੋ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ